सब्सक्राइब करो चढ़दिकला टाइम टीवी नू ते लेटेस्ट अपडेट पाउन लई प्रेस करो बेल आइकन। राग गौड़ी अष्टपदियां महला पहला गौड़ी ग्वारेरी एक ओंकार सतनाम करता पुरख गुरप्रसाद निद सिद्ध निर्मल नाम विचार पूरन पूर रहा बिखमार त्रिकुटी छुटी बिमल मझार गुर की मत जी आई कार इन बिद राम रमत मन मानिया ज्ञान अंजन गुर शब्द पछानिया रहाओ एक सुख मानिया सहज मिलाया निर्मल बाणी भरम चुकाया लाल पहे सूहा रंग माया नदर पही बिख ठाक रहाया उलट बही जीवत मर जा गया शब्द रवे मन हर स्यों लागया रस संग्रह बिख पर हर त्यागया पाए भसे जम का पौ भागया साध रहे बादंग अहंकारा चित हर स्यों राता हुक्म अपारा जात रहे पत के आचारा दृष्ट भई सुख आत्म तहरा तुझ बिन कोय न देखो मीत किस सेवो किस देवो चीत किस पूछो किस लागो पाए किस उपदेश रहां लिबलाए गुरसेमी गुर लागो पाए भगत करी राचो हरनाए सिखया दिखया भोजन पाओ हुक्म संजोगी निज घर जाओ गर्भगतं सुख आत्म ध्याना ज्योत भई ज्योति माहे समाना लिखत मिटै नहीं शब्द निशाना करता करना करता जाना ना पंडित ना चतुर सियाना ना भूलो ना भरम भुलाना कथो न कछनी हुक्म पछाना नानक गुरमत सहज समाना वाहिगुरु जी का खालसा वाहिगुरु जी की फतेह। गुरु सवारी सात संग जियो ये शब्द राग गौड़ी अंदर अष्टपदियां सरलेख थले महला पहला पहले पातशाह गुरु नानक देव जी दे मुखारविंद तो उच्चारण किया होया गौड़ी ग्वारेरी राग गौड़ी है ते ग्वारेरी गौड़ी राग की किस्म है। आम तौर ते जे एक शब्द अठ पदिया वाला आवे उनू विद्वानां दी राय है कि अष्टपदिया बोलो ते जे एक तो वध अठ पदिया वाले शब्द आउण फिर अष्टपदियां कहने अठ पदियां वाले शब्द शुरू हो रहे हैं। एक ओंकार सतनाम करता पुर गुर प्रसाद ये मंगलाचरण है। आम तौर पर आप देखते हो कि एक ओंकार सतगुर प्रसाद आता पर किधरे किधरे पातशाह ने यह भी मंगलाचरण वरत्या है। अर्थ हो ही ने परमात्मा एक है सर्वशक्तिवान है सर्वव्यापक है सत नाम उदा नाम सदा सत है तथा वो सदा सत कायम रहने वाला है अति नाम रूप है।
ਕਰਤਾ ਪੁਰਖ ਹੈ ਸਾਰੇ ਸੰਸਾਰ ਦੇ ਕਰਨ ਵਾਲਾ ਅਤੇ ਆਪਣੀ ਰਚਨਾ ਵਿੱਚ ਸਮਾਇਆ ਹੋਇਆ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਕਿਉਂਕਿ ਸਾਧ ਸੰਗਤ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਇਹ ਸ਼ਬਦ ਅੱਠ ਪਦਿਆਂ 'ਤੇ ਆਧਾਰਿਤ। ਸ਼ਬਦ ਲੰਬਾ ਹੋਣ ਕਰਕੇ ਅਸੀਂ ਇਸ ਦੀ ਵਿਚਾਰ ਦੋ ਹਿੱਸਿਆਂ ਵਿੱਚ ਕਰਾਂਗੇ। ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ, ਇਨ ਬਿਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ। ਇਹ ਹੈ ਰਹਾਉ ਦੀ ਪੰਕਤੀ। ਮਨ ਦੇ ਮਨਾਉਣ ਦੀ ਗੱਲ ਹਰ ਅਧਿਆਤਮਿਕ ਮਾਰਗ 'ਤੇ ਚੱਲਣ ਵਾਲੇ ਜਗਿਆਸੂ ਦੀ, ਔਰ 100 ਵਿੱਚੋਂ 99% ਲੋਕਾਂ ਦੀ ਇਹ ਸਮੱਸਿਆ ਅਤੇ ਸਵਾਲ ਹੈ ਕਿ ਜੀ ਮਨ ਨਹੀਂ ਮੰਨਦਾ, ਮਨ ਨੂੰ ਕਿਵੇਂ ਮਨਾਇਆ ਜਾਏ। ਆਓ ਗੁਰਬਾਣੀ ਦੁਆਰਾ ਇਸ ਸੋਝੀ ਨੂੰ ਪ੍ਰਾਪਤ ਕਰੀਏ। ਕਿਉਂਕਿ ਜਿਹੜੇ ਲੋਕ ਮਨ ਨੂੰ ਮਾਰਨ ਵਾਸਤੇ ਜੰਗਲਾਂ ਵਿੱਚ ਜਾਂਦੇ ਨੇ ਤਥਾ ਹੋਰ ਕਈ ਹੱਠ ਕਰਮ ਕਰਦੇ ਨੇ, ਗੁਰਮਤ ਵਿੱਚ ਉਹਨਾਂ ਦੀ ਮਨਾਈ ਹੈ। ਫਿਰ ਗੁਰੂ ਮਹਾਰਾਜ ਕੋਲੋਂ ਹੀ ਪੁੱਛੀਏ, ਮਹਾਰਾਜ ਇਹ ਮਨ ਸਾਡਾ ਕਿਵੇਂ ਮੰਨੇ? ਕਿਉਂਕਿ ਮਨ ਦੀ ਸਹਿਮਤੀ ਬਿਨਾਂ, ਮਨ ਦੇ ਸਹਿਯੋਗ ਤੋਂ ਬਿਨਾਂ ਸਾਡਾ ਕੋਈ ਵੀ ਜਿਹੜਾ ਕਰਮ ਹੈ ਉਹ ਪ੍ਰਵਾਨ ਨਹੀਂ ਚੜ੍ਹਦਾ, ਸਾਨੂੰ ਸਫਲਤਾ ਨਹੀਂ ਹੁੰਦੀ। ਤਾਂ ਗੁਰੂ ਨਾਨਕ ਪਾਤਸ਼ਾਹ ਆਪ ਫਰਮਾਉਂਦੇ ਨੇ, ਇਨ ਬਿਦ ਰਾਮ ਰਮਤ ਮਨ ਮਾਨਿਆ। ਇਨ ਬਿਦ ਬੜਾ ਸਪਸ਼ਟ ਹੈ ਇਸ ਤਰੀਕੇ ਦੇ ਨਾਲ, ਬਿਦ ਦੇ ਧੱਦੇ ਨੂੰ ਸਿਹਰੀ ਹੈ, ਜਿਹਦਾ ਅਰਥ ਹੈ ਵਿਧੀ, ਮੈਥਡ, ਤਰੀਕਾ, ਢੰਗ। ਇਨ ਬਿਦ ਇਸ ਤਰੀਕੇ ਦੇ ਨਾਲ ਰਾਮ ਰਮਤ ਮਨ ਮਾਨਿਆ, ਰਾਮ ਨੂੰ ਰਮਣ ਕਰਕੇ, ਰਾਮ ਨੂੰ ਜਪਣ ਕਰਕੇ, ਰਾਮ ਨੂੰ ਯਾਦ ਕਰਨ ਕਰਕੇ, ਰਾਮ ਦਾ ਸਿਮਰਨ ਕਰਨ ਕਰਕੇ ਮਨ ਮਾਨਿਆ। ਹੁਣ ਮਨ ਦੇ ਨੰਨੇ ਨੂੰ ਔਂਕੜੇ ਮਨ ਨਾਉਣ ਹੈ ਪੁਲਿੰਗਿਕ ਵਚਨ, ਮਾਨਿਆ ਦਾ ਮਤਲਬ ਮੰਨ ਗਿਆ, ਸਹਿਮਤ ਹੋ ਗਿਆ, ਤਥਾ ਇਸ ਨੇ ਇਸ ਗੱਲ ਨੂੰ ਐਕਸੈਪਟ ਕਰ ਲਿਆ। ਕਿਵੇਂ ਕੀਤਾ? ਗਿਆਨ ਅੰਜਨ ਗੁਰ ਸ਼ਬਦ ਪਛਾਨਿਆ। ਹੁਣ ਗਿਆਨ ਦੇ ਅੱਖਰੀ ਅਰਥ ਵੀ ਤੁਸੀਂ ਜਾਣਦੇ ਹੋ, ਨੌਲੇਜ ਹੋ ਜਾਣੀ, ਸੋਝੀ ਹੋ ਜਾਣੀ, ਸਮਝ ਆ ਜਾਣੀ। ਅੰਜਨ ਦਾ ਅੱਖਰੀ ਅਰਥ ਹੈ ਸੁਰਮਾ। ਕਿਉਂਕਿ ਕਈ ਵਾਰ ਬਾਣੀ ਵਿੱਚ ਸੰਕੇਤਕ ਸ਼ਬਦ ਵਰਤੇ ਹੋਏ ਨੇ, ਅੰਜਨ ਅਸੀਂ ਕਿਹੜੇ ਕੰਮ ਲਈ ਵਰਤਦੇ ਹਾਂ? ਆਪਣੀ ਨਜ਼ਰ, ਰੋਸ਼ਨੀ, ਦ੍ਰਿਸ਼ਟੀ ਵਧਾਉਣ ਵਾਸਤੇ। ਪੁਰਾਣੇ ਸਮਿਆਂ ਵਿੱਚ ਵੀ ਅਤੇ ਅੱਜ ਵੀ ਸਾਡੇ ਬਜ਼ੁਰਗ ਅੱਖਾਂ ਵਿੱਚ ਸੁਰਮਾ ਪਾਉਂਦੇ ਸਨ। ਚਲੋ ਹੁਣ ਸੁਰਮੇ ਦਾ ਚਲਨ ਘਟਿਆ, ਹੋਰ ਕਈ ਮੈਡੀਸਨ, ਕਈ ਅੱਖਾਂ ਦੀਆਂ ਦਵਾਈਆਂ ਆ ਗਈਆਂ, ਜਿਨ੍ਹਾਂ ਨੂੰ ਅੱਖਾਂ ਵਿੱਚ ਪਾਉਣ ਦੇ ਨਾਲ ਅੱਖਾਂ ਦੀ ਰੋਸ਼ਨੀ ਵੱਧ ਜਾਂਦੀ। ਪਰ ਮਹਾਰਾਜ ਕਹਿੰਦੇ ਨੇ ਗਿਆਨ ਅੰਜਨ, ਇੱਥੇ ਗਿਆਨ ਰੂਪੀ ਸੁਰਮਾ ਹੈ ਜਿਹੜਾ ਸਾਨੂੰ ਅਗਿਆਨਤਾ ਦੇ ਅੰਧੇਰੇ ਤੋਂ ਬਾਹਰ ਲਿਆਉਂਦਾ। ਕਿਉਂਕਿ ਜੋ ਕੁਝ ਅਸੀਂ ਗਲਤ ਕਰਦੇ ਹਾਂ ਅਗਿਆਨਤਾ ਕਰਕੇ ਕਰਦੇ, ਜਦੋਂ ਗਿਆਨ ਹੋ ਜਾਏ ਫਿਰ ਮਨੁੱਖ ਸੰਭਲ ਜਾਂਦਾ। ਤੋ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ, ਇਨ ਬਿਦ ਰਾਮ ਰਮਤ ਮਨ ਮਾਨਿਆ। ਇਸ ਤਰੀਕੇ ਦੇ ਨਾਲ, ਕਿਸ ਤਰੀਕੇ ਨਾਲ? ਜਿਵੇਂ ਗੁਰੂ ਨੇ ਦੱਸਿਆ, ਰਾਮ ਰਮਤ ਮਨ ਮਾਨਿਆ, ਰਾਮ ਦਾ ਸਿਮਰਨ ਕਰਨ ਕਰਕੇ, ਪਰਮਾਤਮਾ ਦੇ ਨਾਮ ਨੂੰ ਯਾਦ ਕਰਨ ਕਰਕੇ ਮਨ ਮੰਨ ਗਏ। ਗਿਆਨ ਅੰਜਨ ਗੁਰ ਸ਼ਬਦ ਪਛਾਨਿਆ। ਹੁਣ ਇੱਥੇ ਸ਼ਬਦ ਦੇ ਦੱਦੇ ਨੂੰ ਸਿਹਰੀਏ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਗਿਆਨ ਰੂਪੀ ਅੰਜਨ ਸੁਰਮੇ ਦੀ ਪ੍ਰਾਪਤੀ ਕੀਤੀ, ਔਰ ਇਸ ਗਿਆਨ ਸੁਰਮੇ ਦੇ ਨਾਲ ਕੀ ਹੋਇਆ? ਅਗਿਆਨ ਦਾ ਨਾਸ ਹੋ ਗਿਆ।
ਰੋਜ਼ ਅਸੀਂ ਪੜ੍ਹਦੇ ਹਾਂ ਸੁਖਮਨੀ ਸਾਹਿਬ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਪਛਾਣਨਾ ਹੁੰਦਾ ਕਿਸੇ ਅਸਲੀਅਤ ਨੂੰ ਜਾਣ ਲੈਣਾ। ਆਮ ਤੌਰ 'ਤੇ ਜਿਸ ਬੰਦੇ ਦੀ ਨਜ਼ਰ ਘੱਟ ਹੋਵੇ ਉਹ ਕਹਿੰਦਾ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ, ਮੈਨੂੰ ਤੁਹਾਡਾ ਚਿਹਰਾ ਧੁੰਦਲਾ ਧੁੰਦਲਾ ਦਿਖਾਈ ਦਿੰਦਾ, ਮੈਂ ਤੁਹਾਨੂੰ ਪਛਾਣ ਨਹੀਂ ਸਕਿਆ। ਸੱਚਮੁੱਚ ਇਸੇ ਤਰ੍ਹਾਂ ਅਗਿਆਨਤਾ ਦੇ ਕਾਰਨ ਅਸੀਂ ਉਸ ਪਰਮਾਤਮਾ ਦੀ ਜੋਤ ਨੂੰ ਪਛਾਣ ਨਹੀਂ ਸਕੇ, ਕਿਉਂਕਿ ਦਾਸ ਇਸ ਮਾਰਗ ਵਿੱਚ ਵਿਚਰਦਾ ਹੋਇਆ ਆਪਣੇ ਉੱਤੇ ਵੀ ਘਟਾ ਕੇ ਦੇਖਦਾ ਅਤੇ ਲੋਕਾਂ ਦੇ ਸਵਾਲ ਵੀ ਸੁਣਦਾ। ਬਹੁ ਗਿਣਤੀ ਲੋਕਾਂ ਦਾ ਇਹ ਸਵਾਲ ਹੈ ਕਿ ਜੀ ਸਾਡਾ ਮਨ ਨਹੀਂ ਮੰਨਦਾ, ਤਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਇਸ ਪਾਵਨ ਸ਼ਬਦ ਦੇ ਰਾਹੀਂ ਆਪਣੇ ਉੱਤੇ ਟੁਕਾ ਕੇ ਗੱਲ ਕਹੀ ਹੈ। ਇਨ ਬਿਦ ਰਾਮ ਰਮਤ ਮਨ ਮਾਨਿਆ, ਪਹਿਲਾਂ ਤਾਂ ਉਹ ਜੁਗਤੀ ਉਹ ਤਰੀਕਾ ਵਰਤਣਾ ਪਵੇ। ਉਹ ਤਰੀਕਾ ਹੈ ਉਸ ਪਰਮਾਤਮਾ ਨੂੰ ਯਾਦ ਕਰਨਾ, ਉਹਦਾ ਨਾਮ ਸਿਮਰਨਾ। ਜਿਉਂ ਜਿਉਂ ਸਿਮਰਨ ਕਰਾਂਗੇ ਇਹ ਮਨ ਮੰਨੇਗਾ। ਹੁਣ ਇਹਦੇ ਉੱਤੇ ਥੋੜ੍ਹੀ ਜਿਹੀ ਵਿਚਾਰ ਹੋਰ ਕਰਨੀ ਜ਼ਰੂਰੀ ਕਿ ਸ਼ੁਰੂ ਸ਼ੁਰੂ ਵਿੱਚ ਮਨ ਇਸ ਪਾਸੇ ਨਹੀਂ ਤੁਰਨਾ ਚਾਹੁੰਦਾ। ਮੈਂ ਸਰਲ ਜਿਹੀ ਮਿਸਾਲ ਦਿਆ ਕਰਦਾ ਵੀ ਜਿਸ ਤਰ੍ਹਾਂ ਕਿਸੇ ਘੋੜੇ ਨੂੰ ਕਿਸੇ ਬੈਲ ਨੂੰ ਟਾਂਗੇ ਵਿੱਚ ਜੋਇਆ ਜਾਂਦਾ, ਹੱਲ ਅੱਗੇ ਜੋਇਆ ਜਾਂਦਾ, ਉਹਦਾ ਜੀਅ ਨਹੀਂ ਕਰਦਾ, ਉਹ ਬੜੀ ਤਕਲੀਫ ਮੰਨਦਾ। ਹੁਣ ਤਾਂ ਟਾਂਗੇ ਘੋੜੇ ਵੀ ਘੱਟ ਗਏ ਨੇ, ਪਰ ਅਸੀਂ ਬਚਪਨ 'ਚ ਦੇਖਿਆ ਕਿ ਉਸ ਘੋੜੇ ਨੂੰ ਟਾਂਗੇ ਵਿੱਚ ਜੋਣ ਵਾਸਤੇ ਪਹਿਲਾਂ ਉਸਨੂੰ ਮਨਾਉਣਾ ਪੈਂਦਾ। ਮਨਾਉਣ ਦਾ ਮਤਲਬ ਉਹਨੂੰ ਇਸ ਕੰਮ ਲਈ ਤਿਆਰ ਕਰਨਾ ਪੈਂਦਾ, ਉਹ ਤਿਆਰ ਹੁੰਦਾ ਨਹੀਂ। ਜਿੰਨੇ ਆਜ਼ਾਦ ਵਿੱਚ ਰਹਿ ਕੇ ਥੜੰਗੇ ਮਾਰੇ ਹੋਣ ਉਹ ਛੇਤੀ ਕੀਤਿਆਂ ਕਿਸੇ ਮਰਿਆਦਾ ਵਿੱਚ ਆਉਣ ਲਈ ਤਿਆਰ ਨਹੀਂ। ਪਰ ਕੋਚਵਾਨ ਜਾਣਦਾ ਹੈ ਕਿ ਇਸਨੇ ਸਭ ਹਰਕਤਾਂ ਕਰਨੀਆਂ ਨੇ, ਉਹ ਉਸ ਨੂੰ ਟਾਂਗੇ ਵਿੱਚ ਜਿਉਂਦਾ ਹੈ, ਉਹ ਕਾਬੂ ਆ ਜਾਂਦਾ, ਪਰ ਫਿਰ ਵੀ ਉਹ ਆਪਣਾ ਸੁਭਾਅ ਨਹੀਂ ਤਿਆਗਦਾ, ਉਹ ਬੜੇ ਦਲੋਤੇ ਮਾਰਦਾ। ਕਈ ਵਾਰੀ ਦੇਖਣ ਵਾਲੇ ਨੂੰ ਇਉਂ ਲੱਗਦਾ ਕਿ ਆਪਣੀਆਂ ਲੱਤਾਂ ਤੋੜ ਲਏਗਾ, ਇਹ ਟਾਂਗਾ ਹੀ ਤੋੜ ਦਏਗਾ, ਪਰ ਕੋਚਵਾਨ ਨੂੰ ਪਤਾ ਇਸਨੇ ਸਭ ਕੁਝ ਕਰਨਾ, ਇਸ ਲਈ ਉਹ ਇਸ ਇਹਨਾਂ ਗੱਲਾਂ ਤੋਂ ਬੇਪਰਵਾਹ ਹੋ ਕੇ ਉਹਨੂੰ ਛਾਂਟੇ 'ਤੇ ਛਾਂਟਾ ਮਾਰੀ ਜਾਂਦਾ। ਕੁਝ ਸਮੇਂ ਬਾਅਦ ਉਹੋ ਹੀ ਘੋੜਾ ਅਤੇ ਉਹੀ ਟਾਂਗਾ ਅਤੇ ਉਹੀ ਕੋਚਵਾਨ, ਫਿਰ ਉਹ ਘੋੜਾ ਟਾਂਗੇ ਦੇ ਅੱਗੇ ਟਿਪ ਟਿਪ ਕਰਦਾ ਤੁਰਿਆ ਜਾਂਦਾ। ਸੱਚਮੁੱਚ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਇਨ ਬਿਦ ਰਾਮ ਰਮਤ ਮਨ ਮਾਨਿਆ। ਭਾਈ ਪਰਮਾਤਮਾ ਦੇ ਨਾਮ ਨੂੰ ਬਾਰ 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 ਸਿਮਰਨ ਕਰਨ ਦੇ ਨਾਲ ਇਹ ਮਨ ਮੰਨ ਜਾਂਦਾ, ਪਰ ਇਹ ਸਮਝ ਕਿੱਥੋਂ ਮਿਲਦੀ ਹੈ? ਗਿਆਨ ਅੰਜਨ ਗੁਰ ਸ਼ਬਦ ਪਛਾਨਿਆ। ਹੁਣ ਅੱਜ ਦਾ ਸਿੱਖ ਜਿਹੜਾ ਉਹ ਸ਼ਬਦ ਨੂੰ ਮੱਥਾ 'ਤੇ ਟੇਕਦਾ, ਸ਼ਬਦ ਨੂੰ ਗੁਰੂ ਵੀ ਮੰਨਦਾ, ਅਤੇ ਸ਼ਬਦ ਗੁਰੂ ਦੇ ਨਾਲ ਆਪਣੀ ਦੁੱਖਾਂ ਸੁੱਖਾਂ ਦੀ ਸਾਂਝ ਵੀ ਪਾਈ ਬੈਠਾ, ਕਿਉਂਕਿ ਕੋਈ ਕਾਰਜ ਸਾਡਾ ਸ਼ਬਦ ਗੁਰੂ ਤੋਂ ਬਿਨਾਂ ਨਿਭਦਾ ਨਹੀਂ, ਪਰ ਸ਼ਬਦ ਦੀ ਵਿਚਾਰ ਨਹੀਂ ਕਰਦਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਗੁਰ ਸ਼ਬਦ ਪਛਾਨਿਆ, ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ। ਇਹ ਗਿਆਨ ਰੂਪੀ ਅੰਜਨ ਸੁਰਮਾ ਮੈਨੂੰ ਮਿਲਿਆ ਅਤੇ ਇਸ ਸੁਰਮੇ ਦੇ ਨਾਲ ਉਹ ਜਿਹੜੀ ਮੇਰੀ ਦ੍ਰਿਸ਼ਟੀ ਦਾ ਹਨੇਰਾ ਅਗਿਆਨਤਾ ਸੀ ਉਹ ਖਤਮ ਹੋ ਗਈ। ਇਨ ਬਿਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ। ਅਤੇ ਜਦੋਂ ਤੋਂ ਮੈਨੂੰ ਹੁਣ ਸਮਝ ਆ ਗਈ ਹੈ, ਨਿੱਧ ਸਿੱਧ ਨਿਰਮਲ ਨਾਮ ਵਿਚਾਰ, ਮੇਰੇ ਲਈ ਨਾਮ ਦੀ ਵਿਚਾਰ ਕਰਨੀ ਹੀ ਇਹ ਨਿੱਧੀਆਂ ਅਤੇ ਸਿੱਧੀਆਂ ਹਨ, ਕਿਉਂਕਿ ਆਮ ਤੌਰ 'ਤੇ ਲੋਕ ਇਹਨਾਂ ਚੀਜ਼ਾਂ ਵਿੱਚ ਫਸੇ ਹੋਏ ਨੇ, ਖਾਸ ਕਰਕੇ ਜੋਗੀ ਲੋਕਾਂ ਨੇ ਇਹਨਾਂ ਰਿੱਧੀਆਂ ਸਿੱਧੀਆਂ ਦੇ ਪ੍ਰਭਾਵ ਥੱਲੇ
ਲੋਕਾਂ ਨੂੰ ਡਰਾਇਆ, ਧਮਕਾਇਆ, ਆਪਣੇ ਪਿੱਛੇ ਲਾਇਆ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਹੁਣ ਨਿਰਮਲ ਨਾਮ ਦੀ ਵਿਚਾਰ ਜੋ ਹੈ ਇਹਦੇ ਵਿੱਚ ਹੀ ਸਭ ਨਿਧੀਆਂ ਅਤੇ ਸਿੱਧੀਆਂ ਨਜ਼ਰ ਆਉਂਦੀਆਂ। ਪੂਰਨ ਪੂਰ ਰਿਹਾ ਬਿਖਮਾਰ, ਹੁਣ ਮੇਰਾ ਮਨ ਬਿਖਮਾਰ, ਉਹ ਜਿਹੜੇ ਵਿਕਾਰ ਸਨ, ਉਹ ਜਿਹੜੀ ਮਾਇਆ ਜ਼ਹਿਰ ਰੂਪੀ ਸੀ, ਉਹਨੂੰ ਖਤਮ ਕਰ ਲਿਆ, ਭਾਵ ਉਹਦਾ ਮੋਹ ਕੱਟ ਗਿਆ, ਅਤੇ ਹੁਣ ਮੈਨੂੰ ਪੂਰਨ ਪੂਰ ਰਿਹਾ, ਉਹ ਪੂਰਨ ਪਰਮਾਤਮਾ ਸਭ ਜਗ੍ਹਾ 'ਤੇ ਵਿਆਪਕ ਨਜ਼ਰ ਆਉਂਦਾ। ਲਓ ਇਹ ਹੈ ਫਰਕ। ਅਗਿਆਨਤਾ ਵਿੱਚ ਉਹ ਨਜ਼ਰ ਨਹੀਂ ਸੀ ਆਉਂਦਾ, ਗਿਆਨ ਦੇ ਕਾਰਨ ਹੁਣ ਮੈਨੂੰ ਉਹ ਸਭ ਜਗ੍ਹਾ 'ਤੇ ਵਿਆਪਕ ਨਜ਼ਰ ਆਉਂਦਾ। ਅਤੇ ਜਾਂ ਜਾਂ ਵੇਖੋ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬਤਰ ਮੈਂ, ਰੱਬ ਰਿਹਾ ਸਰਬਤਰ ਮੈਂ, ਹੁਣ ਮੈਨੂੰ ਸਾਰਿਆਂ ਵਿੱਚ ਨਜ਼ਰ ਆਉਂਦਾ। ਇਸ ਲਈ ਨਿਧ ਸਿੱਧ ਨਿਰਮਲ ਨਾਮ ਵਿਚਾਰ, ਪੂਰਨ ਪੂਰ ਰਿਹਾ ਬਿਖਮਾਰ, ਤ੍ਰਿਕੁਟੀ ਛੂਟੀ ਬਿਮਲ ਮਜ਼ਹਾਰ। ਇਸ ਨਿਰਮਲ ਵਿਚਾਰਧਾਰਾ ਦੇ ਕਾਰਨ ਹੁਣ ਜਿਹੜੀ ਮੇਰੀ ਤ੍ਰਿਕੁਟੀ ਸੀ, ਤ੍ਰਿਕੁਟੀ ਕੀ ਹੈ, ਇਹ ਜਿਹੜੀਆਂ ਮੱਥੇ 'ਤੇ ਤਿੰਨ ਤਿਊੜੀਆਂ ਹਨ, ਇਹਨੂੰ ਤ੍ਰਿਕੁਟੀ ਕਹਿੰਦੇ ਨੇ। ਤ੍ਰਿਕੁਟੀ ਦਾ ਮਤਲਬ ਹੈ ਖਿਝ ਆਉਣੀ, ਬੰਦੇ ਨੂੰ ਖਿਝ ਆਉਂਦੀ ਹੈ, ਗੁੱਸਾ ਆਉਂਦਾ। ਜਿਹੜੀ ਇਹਦੀ ਮਰਜ਼ੀ ਦੀ ਗੱਲ ਨਾ ਹੋਵੇ ਫਿਰ ਇਹ ਉਲਟ ਹੋ ਜਾਂਦਾ। ਪਰ ਕਹਿੰਦੇ ਹੁਣ ਮੇਰੀ ਉਹ ਖਿਝ ਖਤਮ ਹੋ ਗਈ। ਬਿਮਲ ਮਜ਼ਹਾਰ ਦਾ ਮਤਲਬ ਹੈ ਉਸ ਮੈਲ ਤੋਂ ਰਹਿਤ, ਪਰਮਾਤਮਾ ਦੇ ਨਾਮ ਨੂੰ ਵਿਚਾਰ ਕੇ। ਪਰ ਇਹ ਕਾਰਜ ਕਦੋਂ ਅਤੇ ਕਿਵੇਂ ਬਣਿਆ? ਗੁਰ ਕੀ ਮਤ ਜੀ ਆਈ ਕਾਰ, ਗੁਰੂ ਦੀ ਮਤ, ਗੁਰੂ ਦੀ ਜਿਹੜੀ ਸਿੱਖਿਆ ਸੀ ਨਾ, ਜੀ ਆਈ ਕਾਰ, ਉਹ ਹੁਣ ਮੇਰੇ ਹਿਰਦੇ ਵਿੱਚ ਕੰਮ ਆਈ ਹੈ। ਦੇਖੋ ਜੀ ਦੇ ਸਪੈਲਿੰਗ ਬੜੇ ਵਿਲੱਖਣ ਨੇ, ਇਹਨੂੰ ਜੀ ਏ ਨਹੀਂ ਕਹਿਣਾ, ਜੱਜੇ ਨੂੰ ਜੀ ਬਿਹਾਰੀ, ਈਡੀ ਨੂੰ ਇਸ ਸਿਹਾਰੀ। ਜੀ, ਜੀ ਵਿੱਚ, ਮੇਰੇ ਹਿਰਦੇ ਵਿੱਚ ਆਈ ਕਾਰ ਹੁਣ ਮੈਨੂੰ ਫਿੱਟ ਆ ਗਈ ਹੈ, ਹੁਣ ਮੈਨੂੰ ਪ੍ਰਵਾਨ ਹੋ ਗਈ ਹੈ, ਹੁਣ ਮੇਰੇ ਕੰਮ ਆ ਗਈ ਹੈ। ਭਾਵ ਗੁਰੂ ਦੀ ਮਤ ਨੇ ਹੁਣ ਮੇਰਾ ਕੰਮ ਸਵਾਰ ਦਿੱਤਾ ਹੈ। ਜਿਤਨੀ ਵੀ ਡੂੰਘੀ ਵਿਚਾਰ ਕੀਤੀ ਜਾਏ ਉਹ ਥੋੜ੍ਹੀ ਹੈ। ਇਸੇ ਲਈ ਸ਼ਬਦ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਯਤਨ ਕੀਤਾ ਤਾਂ ਜੋ ਅਸੀਂ ਚੰਗੀ ਤਰ੍ਹਾਂ ਖੁੱਲ੍ਹ ਕੇ ਵਿਚਾਰ ਕਰ ਸਕੀਏ। ਫਿਰ ਪਾਤਸ਼ਾਹ ਕਹਿੰਦੇ ਨੇ ਇਨ ਬਿਧ ਰਾਮ ਰਮਤ ਮਨ ਮਾਨਿਆ। ਇਸ ਤਰੀਕੇ ਦੇ ਨਾਲ ਗੁਰੂ ਦੇ ਦੱਸੇ ਅਨੁਸਾਰ ਪਰਮਾਤਮਾ ਦਾ ਸਿਮਰਨ ਕਰਕੇ ਹੁਣ ਮੇਰਾ ਮਨ ਮੰਨ ਗਿਆ। ਪਰ ਗਿਆਨ ਅੰਜਨ ਗੁਰ ਸ਼ਬਦ ਪਛਾਣਿਆ, ਇਹ ਜਿਹੜਾ ਗਿਆਨ ਰੂਪੀ ਸੁਰਮਾ ਹੈ ਇਹ ਗੁਰੂ ਦੇ ਸ਼ਬਦ ਦੁਆਰਾ ਮੈਨੂੰ ਪ੍ਰਾਪਤ ਹੋਇਆ। ਹੁਣ ਇਸ ਲਈ ਮੈਨੂੰ ਹੋਰ ਕੋਈ ਚੀਜ਼ ਵੀ ਚੰਗੀ ਨਹੀਂ ਲੱਗਦੀ। ਮੈਂ ਨਿਧੀਆਂ ਸਿੱਧੀਆਂ ਦੇ ਚੱਕਰ ਵਿੱਚ ਨਹੀਂ ਫਸਦਾ। ਨਿਧ ਸਿੱਧ ਨਿਰਮਲ ਨਾਮ ਵਿਚਾਰ, ਪੂਰਨ ਪੂਰ ਰਿਹਾ ਬਿਖਮਾਰ, ਹੁਣ ਮੈਨੂੰ ਹਰ ਜਗ੍ਹਾ ਉਹ ਪੂਰਨ ਪਰਮਾਤਮਾ ਪੂਰ ਰਿਹਾ ਵਿਆਪਕ ਨਜ਼ਰ ਆਉਂਦਾ, ਔਰ ਜਿਸ ਦੀ ਕਿਰਪਾ ਦੇ ਨਾਲ ਮੇਰੇ ਅੰਦਰੋਂ ਮਾਇਆ ਦਾ ਮੋਹ ਘਟਿਆ ਹੈ, ਖਤਮ ਹੋਇਆ। ਤ੍ਰਿਕੁਟੀ ਛੂਟੀ ਬਿਮਲ ਮਜ਼ਹਾਰ, ਗੁਰ ਕੀ ਮਤ ਜੀ ਆਈ ਕਾਰ। ਲਓ ਹੁਣ ਪਾਤਸ਼ਾਹ ਦੂਜੇ ਪਦ ਵਿੱਚ ਕਹਿੰਦੇ ਨੇ ਇੱਕ ਸੁੱਖ ਮਾਨਿਆ ਸਹਿਜ ਮਿਲਾਇਆ। ਹੁਣ ਮੈਨੂੰ ਇੱਕੋ ਇੱਕ ਸੁੱਖ ਪਰਮਾਤਮਾ ਦੇ ਮਿਲਾਪ ਵਿੱਚ ਮੇਰਾ ਮਨ ਬਣ ਗਿਆ, ਔਰ ਸਹਿਜ ਮਿਲਾਇਆ। ਸਹਿਜ ਦਾ ਮਤਲਬ ਹੈ ਭਟਕਣਾ ਰਹਿਤ ਅਵਸਥਾ, ਹੁਣ ਮੈਂ ਅਡੋਲਤਾ ਵਿੱਚ ਟਿਕ ਗਿਆ। ਅਤੇ ਨਿਰਮਲ ਬਾਣੀ ਪਰਮ ਚੁਕਾਇਆ, ਗੁਰੂ ਦੀ ਇਸ ਨਿਰਮਲ ਬਾਣੀ ਨੇ, ਦੇਖੋ ਇੱਥੇ ਨਿਰਮਲ ਦਾ ਲੱਲਾ ਮੁਕਤਾ ਹੈ, ਕਿਉਂਕਿ ਬਾਣੀ ਇਸਤਰੀ ਲਿੰਗ ਹੈ, ਇਸ ਲਈ ਨਿਰਮਲ ਦੇ ਲੱਲੇ ਨੂੰ ਔਂਕੜ ਨਹੀਂ ਹੈਗਾ। ਨਿਰਮਲ ਬਾਣੀ ਪਰਮ ਚੁਕਾਇਆ, ਇਸ ਨਿਰਮਲ ਬਾਣੀ ਦੀ ਵਿਚਾਰ ਕਰਨ ਕਰਕੇ ਮੇਰਾ ਭਰਮ ਜਿਹੜਾ ਦੂਰ ਹੋ ਗਿਆ। ਲਾਲ ਭਏ ਸੂਆ ਰੰਗ ਮਾਇਆ, ਹੁਣ ਮਾਇਆ ਦਾ ਰੰਗ ਜਿਹੜਾ ਘਟਿਆ ਅਤੇ ਪਰਮਾਤਮਾ ਦੇ ਪਿਆਰ ਦਾ ਰੰਗ ਜਿਹੜਾ ਉਸਨੇ ਮੈਨੂੰ ਲਾਲ ਬਣਾ ਦਿੱਤਾ।
ਗੁਰਬਾਣੀ ਵਿੱਚ ਬਹੁਤ ਜਗ੍ਹਾ ਪਰਮਾਤਮਾ ਦੇ ਨਾਮ ਰੂਪੀ ਰੰਗ ਨੂੰ ਲਾਲ ਰੰਗ ਕਿਹਾ। ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਧਾਗਾ, ਲਾਲ ਬਹਿ ਸੂਆ ਰੰਗ ਮਾਇਆ, ਨਦਰ ਬਹੀ ਬਿਖ ਠਾਕ ਰਹਾਇਆ। ਹੁਣ ਮੇਰੇ 'ਤੇ ਕਿਰਪਾ ਹੋ ਗਈ, ਮੇਰੇ ਅੰਦਰੋਂ ਉਹ ਜਿਹੜਾ ਮਾਇਆ ਦਾ ਜ਼ਹਿਰ, ਵਿਕਾਰਾਂ ਦਾ ਜ਼ਹਿਰ ਸੀ, ਠਾਕ ਰਹਾਇਆ, ਉਹ ਰੋਕ ਦਿੱਤਾ, ਭਾਵ ਉਹ ਰੁਕ ਗਿਆ। ਉਹ ਗੁਰੂ ਦੀ ਕਿਰਪਾ ਹੋ ਗਈ। ਉਲਟ ਬਹੀ ਜੀਵਤ ਮਰ ਜਾਗਿਆ, ਉਲਟ ਬਹੀ, ਇਹ ਹੈ ਬਿਰਤੀ ਦਾ ਉਲਟਾਉਣਾ। ਦੇਖੋ ਜਿਹੜੇ ਅਨੁਭਵੀ ਪੁਰਸ਼ ਨੇ ਉਹ ਆਪਣੇ ਤਰੀਕੇ ਨਾਲ ਸਮਝਾਉਂਦੇ ਨੇ, ਜਿਵੇਂ ਬੁੱਲੇ ਸ਼ਾਹ ਨੇ ਆਪਣੇ ਮੁਰਸ਼ਦ ਨੂੰ ਕਿਹਾ, ਮੁਰਸ਼ਦ ਮੈਨੂੰ ਵੀ ਅੱਲਾਹ ਨਾਲ ਮਿਲਣ ਦੀ ਜਾਂਚ ਦੱਸੋ, ਅਤੇ ਮੁਰਸ਼ਦ ਨੇ ਕੀ ਕਿਹਾ, ਬੋਲਿਆ ਰੱਬ ਦਾ ਕੀ ਪਾਵਣਾ, ਇੱਧਰੋਂ ਪਟਣਾ ਅਤੇ ਇੱਧਰ ਲਾਵਣਾ। ਸੱਚਮੁੱਚ ਇਸੇ ਤਰ੍ਹਾਂ ਪਹਿਲੀ ਬਿਰਤੀ ਵੱਲੋਂ ਮਨ ਨੂੰ ਬਦਲਣਾ, ਜੋ ਆਦਤਾਂ ਜੋ ਸੁਭਾਅ ਸਾਡਾ ਬਣਿਆ ਹੋਇਆ ਉਹਦੇ ਵੱਲੋਂ ਉਲਟਣਾ, ਅਤੇ ਉਲਟ ਬਈ ਜੀਵਤ ਮਰ ਜਾਗਿਆ। ਹੁਣ ਜੀਵਤ ਭਾਵ ਤੋਂ ਮਰ ਕੇ ਉਹ ਜਿਹੜਾ ਪਹਿਲਾਂ ਬਣਿਆ ਸੁਭਾਅ ਸੀ ਉਹਨੂੰ ਤਿਆਗ ਕੇ ਜਾਗਿਆ, ਹੋਸ਼ ਵਿੱਚ ਆ ਗਿਆ, ਅਤੇ ਸ਼ਬਦ ਰਵੈ ਮਨ ਹਰ ਸਿਉਂ ਲਾਗਿਆ। ਸ਼ਬਦ ਦੁਆਰਾ ਜਦੋਂ ਮੈਂ ਵਿਚਾਰ ਕੀਤੀ, ਹੁਣ ਮਨ ਮੇਰਾ ਹਰ ਸਿਉਂ ਲੱਗ ਗਿਆ, ਹਰੀ ਨਾਲ ਲੱਗ ਗਿਆ। ਅਤੇ ਜਦੋਂ ਕਿਸੇ ਦਾ ਮਨ ਹਰੀ ਨਾਲ ਲੱਗ ਜਾਂਦਾ, ਫਿਰ ਰਸ ਸੰਗ੍ਰਹਿ, ਉਹ ਫਿਰ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਜਮ੍ਹਾਂ ਕਰਦਾ। ਬਿਖ ਪਰ ਹਰ ਤਿਆਗਿਆ, ਉਹ ਮਾਇਆ ਦੇ ਜ਼ਹਿਰ ਵਿਕਾਰਾਂ ਦੇ ਜ਼ਹਿਰ ਨੂੰ ਪਰ ਹਰ ਪਰੇ ਕਰ ਦਿੰਦਾ, ਤਿਆਗ ਦਿੰਦਾ। ਭਾਏ ਵਸੇ ਜਮਕਾ ਪਹੁ ਪਾਗਿਆ, ਹੁਣ ਉਹ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਵੱਸਦਾ। ਅਤੇ ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਵੱਸ ਜਾਏ, ਜਮ ਕਾ ਪਹੁ ਪਾਗਿਆ, ਉਹਦਾ ਜਮਾਂ ਦਾ ਡਰ ਵੀ ਦੂਰ ਹੋ ਜਾਂਦਾ। ਸਾਧ ਰਹੇ ਬਾਦੰਗ ਅਹੰਕਾਰਾਂ, ਹੁਣ ਉਹ ਜਿਹੜੇ ਚਸਕੇ ਨੇ ਖਤਮ ਹੋ ਜਾਂਦੇ। ਉਹ ਜਿਹੜਾ ਵਾਦ ਵਿਵਾਦ ਕਰਨਾ, ਝਗੜੇ ਕਰਨੇ, ਅਹੰਕਾਰ ਦੇ ਵਿੱਚ ਰਹਿਣਾ, ਸਭ ਕੁਝ ਖਤਮ ਹੋ ਗਿਆ। ਰਹੇ ਦਾ ਮਤਲਬ ਖਤਮ ਹੋ ਗਿਆ। ਚਿੱਤ ਹਰ ਸਿਉਂ ਰਾਤਾ ਹੁਕਮ ਅਪਾਰਾ, ਉਸ ਹੁਕਮੀ ਦੇ ਹੁਕਮ ਵੀ ਚੱਲ ਕੇ ਹੁਣ ਮੇਰਾ ਚਿੱਤ ਹਰੀ ਦੇ ਨਾਲ ਰਾਤਾ ਰੰਗਿਆ ਗਿਆ। ਜਾਤ ਰਹੇ ਪਤ ਕੇ ਆਚਾਰਾਂ, ਉਹ ਜਿਹੜੀਆਂ ਜਾਤਾਂ ਪਾਤਾਂ ਦੇ ਆਚਾਰ ਵਿਹਾਰ ਜਿਨ੍ਹਾਂ ਵਿੱਚ ਹਰ ਬੰਦਾ ਫਸਿਆ ਹੋਇਆ, ਉਹ ਮੇਰੇ ਹੁਣ ਖਤਮ ਹੋ ਗਏ। ਦ੍ਰਿਸ਼ਟ ਬਈ ਸੁਖ ਆਤਮ ਧਾਰਾ, ਹੁਣ ਮੇਰੇ 'ਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਗਈ, ਔਰ ਮੈਂ ਆਪਣੇ ਅੰਦਰ ਉਸ ਆਤਮਕ ਸੁੱਖ ਨੂੰ ਧਾਰਨ ਕਰ ਲਿਆ। ਤੋ ਇਨ ਬਿਧ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ। ਤੋ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਇਤਨੀ ਡੂੰਘੀ ਗੂੜ ਹੈ, ਅਸੀਂ ਪੜ੍ਹ ਰਹੇ ਹਾਂ, ਪਾਠ ਕਰ ਰਹੇ ਹਾਂ, ਪਰ ਵਿਚਾਰ ਕਰਾਂਗੇ ਫਿਰ ਸਾਨੂੰ ਉਹ ਜੀਵਨ ਦੀ ਸਫਲਤਾ ਦਾ ਰਾਹ ਸਮਝ ਆਵੇਗਾ। ਅੱਜ ਸਾਡੀ ਸਭ ਤੋਂ ਵੱਡੀ ਕਮੀ ਇਹੋ ਹੀ ਹੈ ਕਿ ਅਸੀਂ ਸ਼ਬਦ ਵਿਚਾਰ ਤੋਂ ਦੂਰ ਹਾਂ। ਆਓ ਯਤਨ ਕਰੀਏ, ਗੁਰੂ ਸ਼ਬਦ ਵਿਚਾਰ ਨਾਲ ਜੁੜੀਏ। ਇਸੇ ਲਈ ਕਿਹਾ ਕਿ ਸਭ ਤੋਂ ਉੱਤਮ ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਨਾਲ ਇਹ ਸਾਰੇ ਮਸਲੇ ਹੱਲ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।